ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰ ਆਵਾਜ਼ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਲੱਖੂਵਾਲ, ਤਹਿਸੀਲ ਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਨੀਟੇ ਵੀਰ ਕੋਲ ਆਪਾਂ ਆਏ ਹਾਂ। ਲੱਖੂਵਾਲ ਜਿਹੜਾ ਥੋਬੇ ਦੇ ਅਤੇ ਰਮਦਾਸ ਦੇ ਲਾਗੇ ਵਾਲੇ ਲੱਖੂਵਾਲ ਜਿਹੜਾ ਅੱਜ ਆਪਾਂ ਆਏ ਹਾਂ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਉਹਨਾਂ ਨੂੰ ਪੁੱਛਦੇ ਹਾਂ ਸਾਰੀ ਡਿਟੇਲ। ਅੱਜ ਤੁਹਾਨੂੰ ਚਾਰ ਗਾਵਾਂ ਅਤੇ ਇੱਕ ਝੋਟੀ ਜਿਹੜੀ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਚਲੋ ਵਧੀਆ, ਕਿਰਪਾ ਜੀ ਦੀ ਜੇ, ਅਤੇ ਸਭ ਵਧੀਆ ਜੀ। ਜਾਣਾ ਫਿਰ ਮੇਲੇ ਘੁੰਮਣ ਫਿਰਨ? ਅੱਛਾ, ਮੰਡੀ ਘੁੰਮ ਕੇ ਆਉਣਾ, ਪਸ਼ੂ ਖੜਨਾ ਕੋਈ ਕਿ ਨਹੀਂ? ਅੱਛਾ, ਠੀਕ ਆ, ਚਲੋ ਨਾਮ ਦੱਸ ਦੋ। ਨਾਮ ਨੀਟਾ। ਹਾਂਜੀ, ਪਿੰਡ ਲੱਖੂਵਾਲ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਕੋਲ ਤੇ 9144-6561। ਠੀਕ ਆ, ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਝੋਟੀ ਹੈ, ਇੱਥੋਂ ਹੀ ਆਪਾਂ ਕਰਨੀ ਆ। ਚੰਗੇ ਗੈਪ 'ਤੇ ਸਾਣਿਆ ਜਿਹੜਾ ਇਹਦਾ, ਅਤੇ ਚੰਗੀ ਸਾਂਭੀ ਸੁੰਭੀ ਆ, ਵੇਖਣ ਦਾ ਸੂਆ ਪਹਿਲਾਂ ਹੀ ਜਾਪਦਾ ਜਿਹਦਾ। ਅੱਛਾ, ਕੱਦ ਕਾਠ ਪੱਖੋਂ ਪੂਰੀ ਜਵਾਨ ਆ, ਹੈ ਨਾ? ਅਤੇ ਕਿੰਨਾ ਕੁ ਲੈ ਜੂ ਟਾਈਮ ਅਜੇ? ਅਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? ਠੀਕ ਆ, ਠੀਕ ਆ, ਬਾਕੀ ਇਹ ਵੀ ਚੀਜ਼ ਦਾ ਬੜਾ ਵਾਧਾ ਹੁੰਦਾ। ਠੀਕ ਆ, ਆਉਂਦੇ ਸਾਡੇ ਠੰਡੀ ਧੀਰੀ ਪੂਰੀ ਆ ਜਿਹੜੀ। ਚਲੋ ਖੋਲੋ ਹਾਂ ਤੋਰੀ, ਫਿਰ ਬਾਕੀ ਤਿਆਰ ਪੂਰੀ ਹੋਈ ਆ ਥੱਲਿਆਂ, ਹਲੇ ਵੀ ਇੰਨੇ ਦਿਨ ਦੋ ਚਾਰ ਲੈ ਹੀ ਜਾਣੇ ਜੇ ਪੁੜਿਆਂ ਵੱਲ ਵੇਖੀ ਆਪਾਂ ਉੱਪਰ ਆਉਂਦੇ। ਠੀਕ ਹੈ, ਚੈੱਕ ਕੀਤੇ ਦੰਦ ਤੋਂ ਹੀ ਪੂਰੇ? ਦੰਦ ਵੀ ਇਹਦੇ ਚਾਰ ਦੰਦ ਕਹਿੰਦੇ ਕਿ ਦਿਖਾ ਦਿੰਦੇ ਆਪਾਂ ਹੁਣੇ। ਬਾਕੀ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਜਿਹੜੀ, ਚੰਗੇ ਉੱਚੇ ਕੱਦ ਕਾਠਦੀ ਆ। ਲੈ ਜਾਓ ਵੀਰ ਜੀ, ਬਾਕੀ ਥਾਣਾ ਵੀ ਚੰਗਾ ਦੂਰ ਦੂਰ, ਚੰਗੇ ਗੈਪ 'ਤੇ ਥਾਣ ਜਿਹੜਾ ਲੱਗਾ। ਲੈ ਜਾਓ, ਲੈ ਜਾਓ, ਦਿਖਾ ਦਿਓ ਕਿ ਦੰਦ ਇਸ ਤਰ੍ਹਾਂ ਹੀ ਫੜਵਾਉਣ ਤੋਂ ਥੋੜ੍ਹਾ ਜਿਹਾ ਕਰਦੀ ਆ। ਹਾਂ ਦੇਖ ਸਕਦੇ ਦੰਦ, ਹਾਂ ਦੇਖ ਸਕਦੇ ਚਾਰ ਦੰਦ ਆ, ਸਾਈਡ ਵਾਲੇ ਦੰਦ ਜਿਹੜੇ ਹਜੇ ਟੁੱਟਣ ਵਾਲੇ ਆ, ਉਹ ਦੁੱਧ ਵਾਲੇ ਦੰਦ ਆ, ਬਾਕੀ ਚਾਰ ਦੰਦ ਜਿਹੜੇ ਦੂਜੇ ਆ। ਚਲੋ ਲੈ ਜਾਓ, ਬਾਕੀ ਥੱਲਿਓ ਚੰਗੀ ਤਿਆਰ ਹੋਈ ਆ। ਹੈਗੀ ਜਿਹੜੀ ਠੰਡੀ ਧੀਰੀ ਆ, ਇਹ ਚੀਜ਼ ਦਾ ਜਿਹੜਾ ਸਭ ਤੋਂ ਜ਼ਿਆਦਾ ਵਾਧਾ ਵਾ। ਹਾਂਜੀ, ਅਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ? ਹਾਂਜੀ ਹਾਂਜੀ, ਕਿੰਨਾ? 95,000 ਆ, ਵਿੱਚੋਂ ਕਰਨਾ ਮਹੰਤਨ ਕਿੰਨਾ ਕਰ ਦਈਏ? 3,000 ਛੱਡ ਦਈਏ? ਅੱਛਾ, 90,000 ਦੀ ਦੇ ਦੋਗੇ? ਠੀਕ ਹੈ, ਚਲੋ ਕੋਈ ਫੋਨ ਲਾਵੇ, ਵਿਸਾਖੀ ਆ, ਮੋੜਿਓ ਨਾ ਕਿਸੇ। ਠੀਕ ਆ, ਠੀਕ ਆ, ਅਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਵੈੜਾਂ, ਤੁਹਾਨੂੰ ਦਿਖਾਉਣੀਆਂ। ਇਹ ਵੀ ਕਾਫੀ ਸਾਫ਼ ਸੁਥਰੀ ਜਿਹੀ ਵੈੜ ਆ,
ਚੰਗਾ ਕੱਦ ਕਾਠ ਆ ਤੇ ਸਾਂਭੀ ਸੁੰਭੀ ਚੰਗੀ ਆ ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਇਹਦਾ ਕਿੰਨਵਾਂ ਸੂਆ ਜੇ ਅੱਛਾ ਇਹਦਾ ਪਹਿਲਾਂ ਹੀ ਸੂਆ ਆ ਠੀਕ ਇਹਦੇ ਕਿੰਨੇ ਦੰਦ ਜੇ ਅੱਛਾ ਇਹ ਦੋ ਦੰਦ ਆ ਇੱਕ ਵਾਰੀ ਚੰਗੀ ਤਰ੍ਹਾਂ ਦਿਖਾ ਦਿਓ ਆਹ ਦੇਖ ਸਕਦੇ ਪਿਓਰ ਦੋ ਦੰਦ ਆ ਜਿਹੜੀ ਅਜੇ ਦੋਂਦੀ ਵੀ ਪੂਰੀ ਹੋਈ ਨਹੀਂ ਆ ਠੀਕ ਆ ਛੱਡ ਦਿਓ ਜੀ ਅਤੇ ਇਹ ਕਿੰਨੇ ਕੁ ਦੁੱਧ ਵਾਲੀ ਜੇ ਠੀਕ ਆ ਲੈ ਜਾਓ ਜੀ ਬਾਕੀ ਗਰਮੀਆਂ 'ਚ ਰੱਖਣ ਵਾਲੀ ਵੈਡ ਹੈ ਜਿਹੜੀ ਹੈਗੀ ਕਰੋਸ 'ਚ ਅਜੇ ਤਿਆਰ ਚੰਗੀ ਹੋਣੀ ਆ ਜੀ ਜਿਹੜੇ ਹਿਸਾਬ ਨਾਲ ਹਵਾਨੇ 'ਚ ਢਿੱਲਾ ਵਾ ਅਤੇ ਬਾਕੀ ਕੱਦ ਕਾਠ ਵੀ ਜਿਹੜਾ ਵੱਡੀਆਂ ਗਾਵਾਂ ਵਰਗੂ ਹੀ ਆ ਜੇ ਉਮਰ ਦੇ ਹਿਸਾਬ ਨਾਲ ਲਾਈਏ ਤਾਂ ਸਾਂਭੀ ਕਿਸੇ ਵੀਰ ਨੇ ਚੰਗੀ ਰੀਝਣਾ ਵਾ ਲੈ ਜਾਓ ਜੀ ਲੈ ਜਾਓ ਕੋਈ ਨਹੀਂ ਠੀਕ ਆ ਜੀ ਝੱਬੂ ਤਾਂ ਕਹਿੰਦਾ ਕਰਦੀ ਥੋੜ੍ਹਾ ਜਿਹਾ ਪਿੱਛੋਂ ਕਹਿੰਦੇ ਕਿ ਉਸ ਤਰ੍ਹਾਂ ਖੁੱਲ੍ਹੀ ਆਈ ਆ ਰੱਸੀ ਨਹੀਂ ਪਾਈ ਕੀ ਇਹਨੂੰ ਬਾਕੀ ਹਵਾਨੇ 'ਚ ਢਿੱਲਾਂ ਆਪਾਂ ਦੇਖ ਸਕਦੇ ਜੇ ਸਾਰਾ ਹਵਾਨਾ ਭਰਨਾ ਵਾ ਇਹਨੇ ਅਤੇ ਕਿੰਨਾ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ 62,000 ਆ ਵਿੱਚੋਂ ਕਰਨਾ ਮਨ ਤਨ ਕਿੰਨਾ 60 ਦੀ ਦੇ ਦਈਏ ਅੱਛਾ 58,000 ਦੀ ਦੇ ਦਿਓਗੇ ਚਲੋ ਬਾਕੀ ਛੋਟ ਛਾਟ ਕਰ ਦਿਓਗੇ ਠੀਕ ਹੈ ਠੀਕ ਹੈ ਠੀਕ ਆ ਆ ਦੇਖ ਸਕਦੇ ਇਹ ਆ ਕਿ ਉਸ ਤਰ੍ਹਾਂ ਡਰਦੀ ਆ ਕਈ ਵਾਰੀ ਪਸ਼ੂ ਜਿਹੜਾ ਬਾਹਰਲੇ ਬੰਦੇ ਤੋਂ ਵੀ ਡਰ ਜਾਂਦਾ ਵਾ ਅਤੇ ਹੁਣ ਆ ਗਈ ਆਪਣੇ ਕੋਲ ਇਹ ਸੂਈ ਸਵਾਈ ਜੀ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ ਠੀਕ ਆ ਅਤੇ ਇਹਨੂੰ ਕਿੰਨਾ ਚਿਰ ਹਾਂ ਵੱਛਾ ਜੀ ਅਤੇ ਨਾੜੂ ਜਿਹੜਾ ਨਾਲ ਹੀ ਆ ਅਤੇ ਦੁੱਧ ਕਿੰਨਾ ਤਿਆਰ ਇਹਦੇ ਕੋਲ ਠੀਕ ਆ ਅਤੇ ਕਿੰਨਾ ਕੁ ਚਵਾਈ ਜਾਊਗੀ ਠੀਕ ਆ ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਚਲੋ ਲੈ ਜਾਓ ਜਿੱਥੇ ਮਰਜ਼ੀ ਹੱਥ ਉੱਤੇ ਫੇਰੀ ਦੁੱਧ 12 ਲੀਟਰ ਤਿਆਰ ਦੱਸਿਆ ਮੌਕੇ 'ਤੇ 12 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਇਹ ਆ ਕਿ ਕੱਦ ਕਾਠ ਚੰਗਾ ਵਾ ਅਤੇ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਅੱਜ ਲੈ ਆਓ ਜੀ ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਚਵਾਈ ਤੁਸੀਂ ਆਪਣੀ ਆਪ ਕਰਕੇ ਕਰੋ 12:30 ਦਾ ਟਾਈਮ ਹੋਇਆ ਵਾ ਜਿਹੜਾ ਅਤੇ 12 ਤਰੀਕ ਦੀ ਵੀਡੀਓ ਬਣਨ ਦੀ ਆ ਅਤੇ ਇਹਦਾ ਮੁੱਲ ਫਿਰ 40 ਨਾ ਕਰੀਏ ਵਿੱਚੋਂ ਕੁਛ ਛੱਡ ਦਈਏ 2,000 38 ਦੀ ਦੇ ਦਈਏ ਅੱਛਾ 35,000 ਦੀ ਦੇ ਦਿਓਗੇ
ਠੀਕ ਹੈ ਜੀ, 1000 ਹੋਰ ਛੋਟ ਕਰ ਦਾਂਗੇ ਵੀ ਰਿਸ਼ਾਂ ਕੇ ਤੋਂ ਅਗੇ ਤਸੱਲੀ ਕਰਕੇ। ਠੀਕ ਹੈ ਜੀ, ਠੀਕ ਹੈ। ਤੇ ਹੁਣ ਇੱਕ ਆ ਚਿੱਟੇ ਰੰਗ ਦੀ ਗਾਂ ਵਾ, ਚੰਗਾ ਕੱਦ ਕੱਟ। ਹਾਂਜੀ ਅੱਛਾ, ਅੱਛਾ ਬਗੀਚੇ ਭਾਜੀ ਹਡਟ ਕਲਾਂ ਲਿਆਣਾ। ਠੀਕ ਹੈ, ਠੀਕ ਹੈ। 25-26 ਕਿਲੋ ਗਰੰਟੀ ਲਿਖ ਕੇ ਦੇਵਾਂਗੇ। ਤੇ ਗੱਬਣੇ ਆ ਜੇ ਹਨਾ, ਹਾਂਜੀ ਅਗਲੇ ਦਿਨ ਲੈਂਦੀ ਹੈ। ਇਹ ਕਿੰਨਾ ਕੁ ਟਾਈਮ ਲੈ ਜਾਊਗੀ ਜੀ? ਟਾਈਮ ਵੀ ਅਗਲੇ ਦਿਨ ਦੱਸ ਕੇ ਨਾ ਲੈ ਜਾਣੀ। ਤੇ ਥਾਣੇ ਤੇ ਦੇਖ ਸਕਦੇ ਲੱਗੇ ਤਾਂ, ਤੇ ਮਿਲਕ ਮੈਨੂੰ ਵੀ ਚੰਗੀ ਲੱਗੀ। ਬਾਕੀ ਇਹ ਆ ਕਿ ਕੱਦ ਕਾਠ ਚੰਗਾ ਵਾ, ਵੱਡੀ ਗਾਂ ਆ ਜਿਹੜੀ। ਚੰਗੇ ਸੋਹਣੇ ਰੰਗ ਰੂਪ ਦੀ ਆ, ਦੁੱਧ ਜਿਹੜਾ 25 ਲੀਟਰ ਕਹਿੰਦੇ ਕਿ ਚਵਾ ਜੂਗੀ। ਆਜੋ ਲੈ ਆਓ ਵੀਰ ਜੀ। ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ? ਹਾਂਜੀ ਹੈਗੀ ਵੀ ਠੰਡੀ ਤੇਰੀ ਆ ਜਿਹੜੀ, ਹੈਨਾ? ਠੀਕ ਹੈ। ਕਿੰਨੇ ਦੇ ਦਈਏ ਫਿਰ? ਅੱਛਾ 5000 ਦੇ ਦਿਓ, 60000 ਦੇ ਦਿਓ। ਕੋਈ ਫੋਨ ਲਾਵੇ ਹੈ ਨਾ। ਤੇ ਇੱਕ ਆਹ ਗਾਂ ਰਹਿ ਗਈ ਐਂਡ ਤੇ, ਤੇ ਆਹ ਨੀ ਝੋਟੀ ਪਾਉਣੀ ਵੀਰ ਜੀ? ਝੋਟੀ ਵੀਰ ਜੀ ਇਹ ਘਰ ਰੱਖੀ ਹੈ, ਤਿਆਰ ਹੋਈ ਨਾ ਭਾਈ ਇਹ? ਅੱਛਾ ਇਹ ਘਰੇ ਰੱਖੀ ਆ? ਹਾਂਜੀ ਠੀਕ, ਥੋੜੀ ਤਿਆਰ ਹੋ ਜਾ ਫਿਰ ਆਪਾਂ ਵੀਡੀਓ ਚ ਪਾ ਦਾਂਗੇ। ਅੱਛਾ ਤਿਆਰ ਕਰ ਤੇ ਵੇਚਦੇ ਨੀ ਯਾਰ ਕੇ ਫਿਰ? ਹਾਂ ਜੀ ਇਰਾਦਾ ਤਾਂ ਹੈਗਾ ਵੀ ਵੇਚ। ਝੋਟੀ ਪਰ ਸਾਂਭੀ ਚੰਗੀ ਵੀਰ ਜੀ ਹੁਣ ਰੀਝ ਨਾ, ਇਹ ਹੁਣ ਕੱਚੀ ਥੋੜੀ ਜੀ, ਜਿੱਦਣ ਕਹਿੰਦੇ ਕਿ ਤਿਆਰ ਹੋਈ ਝੋਟੀ ਇਹ ਪਾਵਾਂਗੇ ਵੀਡੀਓ ਦੇ ਵਿੱਚ। ਬੁਰੀ ਝੋਟੀ ਆ, ਪਿਓਰ ਬੁਰੀ ਆ ਜਿਹੜੀ, ਤੇ ਚੰਗੀ ਰੀਝ ਨਾਲ ਸਾਂਭੀ ਵੀਰ ਜੀ ਉਹਨਾਂ ਨੇ, ਚੰਗੇ ਸੋਹਣੇ ਚਿਹਰੇ ਦੀ ਮਾਲਕ ਆ। ਤੇ ਗਾਂ ਹੁਣ ਇੱਕ ਰਹਿ ਗਈ ਆ, ਇਹ ਤੁਹਾਨੂੰ ਦਿਖਾ ਦੇ। ਠੀਕ ਹੈ, ਅਜੇ ਹੁਣੇ ਹੀ ਸਾਡੇ ਸਾਹਮਣੇ ਗਾਂ ਜਿਹੜੀ ਆਈ ਹੈ ਅਜੇ ਪਰ। ਤੇ ਦੱਸੀਏ ਕਿੰਨਾ ਕੁ ਇਹਦੇ ਕੋਲ ਦੁੱਧ? ਅੱਛਾ ਤੇ ਬੱਚੇ ਤੋਂ ਬਿਨਾ ਹੀ? ਠੀਕ ਆ, ਤੇ ਹੈਗੀ ਬੱਚੇ ਤੋਂ ਬਿਨਾ ਹੀ ਹੈ ਜਿਹੜੀ। ਤੇ ਦੁੱਧ 10 ਕਿਲੋ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ। ਅੱਜ ਲੈ ਆਓ ਜੀ। ਠੀਕ ਆ, ਤੇ ਮੁੱਲ ਤੇ ਇਹ ਆ ਕਿ ਚਲੋ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਤੇ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਣਾ ਸੰਘਣਾ ਦੁੱਧ। ਤੇ ਕਿੰਨੇ ਦੀ ਦਈਏ ਫਿਰ ਆਪਾਂ? ਵਿੱਚੋਂ ਛੋਟ ਛਾਟ ਕਰ ਦਈਏ ਕੁਛ, 30000 ਦੀ ਵਿੱਚੋਂ। ਅੱਛਾ ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ। ਹੋਰ ਕੁਛ ਕਹਿਣਾ? ਹੋਰ ਵੇਖੋ ਵੀਰ ਜੀ ਜਿਹੜਾ ਸੋਇਆ ਆ, ਹਾਂਜੀ ਆਪਣੇ ਕੋਲ ਦੋ ਗਾਵਾਂ ਸੋਈਆਂ ਆ, ਹਾਂਜੀ ਚੋ ਕੇ ਤਸੱਲੀ ਕਰਕੇ
ਠੀਕ ਹੈ। ਪਸ਼ੂ ਜਿਹੜੇ ਬੀਜੀ ਹੋਣੇ ਪੰਜ ਛੇ ਜਿਹੜੇ ਅਜੇ ਹੁਣੇ ਆਈ ਆ, ਤਾਂਹੀਓ ਫੋਸ ਵੀ ਥੋੜ੍ਹਾ ਪਤਲਾ ਹੀ ਦੇਈ ਕਰਨਾ, ਅਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ, ਆਪਣੀ ਸਮਝਣਾ, ਆਪਣੀ ਮਰਜ਼ੀ ਨਾਲ, ਆਪਣੀ ਜ਼ਿੰਮੇਦਾਰੀ 'ਤੇ ਖੜ੍ਹੇ, ਪਸੰਦ ਹੋਵੇ ਪਸ਼ੂ ਤਾਂ ਲੈ ਜਾਓ, ਨਹੀਂ ਤਾਂ ਇੱਥੇ ਹੀ ਬੱਝਿਆ ਰਹਿਣ ਦਿਓ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।